अस्सलामुअलैकुम, मैं हूं मोहम्मद अदनान और आप देख रहे हैं अदनान का व्लॉग। जी हाँ, आज मैं गल कर रहा जनाब अली पाकिस्तान दे विच बनन वालियां पुरानियां फिल्मां और उन्होंने पुराने पांच ऐसे अदाकार जिन्हें जनाब अली पाकिस्तान इंडस्ट्री दी पुराने वक्तां दे विच अपना एक नाम बनाया है। लेकिन उस तो बाद उन्होंने अदाकारां ते ऐसा सवाल आया कि अज 2024 ਦੇ ਵਿੱਚ ਉਹ ਅਦਾਕਾਰ ਇੰਡਸਟਰੀ ਤੋਂ ਬੜੀ ਦੂਰ ਦੀ ਗੱਲ ਹੈ, ਆਪਣੇ ਹਾਲਾਤ ਤੋਂ ਬੜੇ ਮਜਬੂਰ ਹਨ। ਜੀ ਹਾਂ, ਮੈਂ ਅੱਜ ਗੱਲ ਕਰੇ ਸਾਂ ਪਾਕਿਸਤਾਨ ਦੀ ਪੁਰਾਣੀ ਫਿਲਮ ਇੰਡਸਟਰੀ ਦੇ ਵਿੱਚ ਪੁਰਾਣੇ ਅਦਾਕਾਰ ਜਿਨ੍ਹਾਂ ਜਨਾਬਿਆਂ ਲਈ ਪਹਿਲੂ ਕੰਮ ਕੀਤਾ ਔਰ ਨਾਂ ਬਣਾਇਆ ਨੇ, ਲੇਕਿਨ ਉਸ ਤੋਂ ਬਾਅਦ ਅੱਜ ਉਹ ਐਸੇ ਸਵਾਲ ਦਾ ਸ਼ਿਕਾਰ ਹਨ ਕਿ ਅੱਜ ਜਨਾਬਿਆਂ ਲਈ ਉਹਨਾਂ ਦਾ ਇੰਡਸਟਰੀ ਯਾਨੀ ਕਿ ਪਾਕਿਸਤਾਨ ਦੇ ਵਿੱਚ ਕੈਂ ਵੀ ਜਾਂ ਤੇ ਨਾਂ ਨਹੀਂ ਆਉਣਾ ਪਿਆ। ਕੁਝ ਐਸੇ ਅਦਾਕਾਰ ਹਨ ਜਿਹੜੇ ਕਾਮਯਾਬ ਠੀਕ ਹਨ ਔਰ ਅੱਜ ਕੱਲ੍ਹ ਉਹਨਾਂ ਦਾ ਥੋੜ੍ਹਾ ਬਹੁਤ ਚਰਚਾ ਹੈ, ਲੇਕਿਨ ਉਹ ਅਜਾ ਵੀ ਯਾਨੀ ਕਿਤਨੇ ਉਹਨਾਂ ਕੋਲ ਯਾਨੀ ਕਿ ਇੱਜ਼ਤ ਨਹੀਂ ਦਿੱਤੀ ਗਈ। ਜੇ ਲੈ ਕੇ ਪੁਰਾਣੀਆਂ ਫਿਲਮਾਂ ਦੇ ਵਿੱਚ ਉਹਨਾਂ ਕੰਮ ਕੀਤਾ, ਉਹਨਾਂ ਇੱਕ ਨਾਂ ਬਣਾਇਆ ਸੀ, ਕਾਫੀ ਦੇਰ ਤੱਕ ਉਹਨਾਂ ਦਾ ਨਾਂ ਚੱਲਦਾ ਰਿਹਾ, ਲੇਕਿਨ ਹੁਣ ਨਾਂ ਖਤਮ ਠੀ ਗਿਆ। ਜੀ ਹਾਂ, ਸਾਰਿਆਂ ਤੋਂ ਪਹਿਲੂ ਜਿਹੜਾ ਅਦਾਕਾਰ ਹੈ ਜਿਹੜੇ ਨਾਂ ਬਣਾਇਆ ਸੀ ਉਸਦਾ ਇਹ ਜਨਾਬ ਛੋਟਾ ਜਿਹਾ ਕਲਿੱਪ ਦੇਖੋ, ਇਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰੇ ਸਾਂ। ਮੁਖ ਵੇਖਿਆ ਤੇ ਉਹਨੇ ਤੇਰਾ ਮੁਖ ਵੇਖਿਆ ਤੇ ਮੈਂ ਤੁਹਾਨੂੰ ਅੱਛਾ। ਇਸ ਤੋਂ ਬਾਅਦ ਜਨਾਬ ਅਲੀ ਇਹ ਬੰਦਾ ਉਸ ਟਾਈਮ ਇੰਡਸਟਰੀ ਦੇ ਵਿੱਚ ਕਾਫੀ ਹੱਦ ਤੱਕ ਨਾਂ ਬਣਾ ਚੁੱਕਾ ਸੀ ਔਰ ਬੜੀ ਇਜ਼ੀ ਮਕਬੂਲੀਅਤ ਆਈ। ਇਸ ਤੋਂ ਬਾਅਦ ਇੱਕ ਦੂਜਾ ਬੰਦਾ ਦੇਖੋ, ਇਸਦਾ ਵੀ ਇੱਕ ਇੰਡਸਟਰੀ ਦੇ ਵਿੱਚ ਬੜਾ ਨਾਂ ਆਈ, ਲੇਕਿਨ ਹੁਣ 2024 ਦੇ ਵਿੱਚ ਇਸ ਬੰਦੇ ਕੋ ਬਹੁ ਪਿੱਛੂ ਤਾਂ ਛੋੜ ਗਿਆ। ਇਹ ਪਾਕਿਸਤਾਨ ਇਹ ਜਨਾਬ ਅਲੀ ਇਹਦੀ ਵੀਡੀਓ ਦੇਖੋ, ਇਹ ਜੇ ਰੰਗੀਲੇ ਦਾ ਇਸ ਬੰਦੇ ਦੇ ਜਨਾਬ ਅਲੀ ਬੜਾ ਯਾਨੀ ਕਿ ਨਾਮ ਆਈ, ਲੇਕਿਨ ਹੁਣ ਇਸ ਬੰਦੇ ਕੋ ਅੱਜ ਯਾਨੀ ਕਿ ਸਾਡੇ ਕਹਿ ਖਾਤੇ 'ਚ ਕੋਈ ਨਾ ਕੋਈ ਦੁਨੀਆ ਦੇਦੀ ਪਈ ਹੈ, ਇਹ ਬੰਦਾ ਕਿਹਦੇ ਗਾਇਬ ਸੀ ਗਿਆ। ਜੀ ਹਾਂ, ਇਹ ਬੰਦਾ ਇੰਡਸਟਰੀ ਤੋਂ ਪਹਿਲੂ ਇਸ ਕੁਝ ਦੋ ਚਾਰ ਫਿਲਮਾਂ ਕੀਤੀਆਂ, ਲੇਕਿਨ ਉਸ ਤੋਂ ਬਾਅਦ ਇਸ ਫਿਲਮਾਂ 'ਚ ਕੰਮ ਛੋੜ ਦਿੱਤਾ ਹੈ। ਹੁਣ ਤੱਕ ਮੈਂ ਤੀਜਾ ਬੰਦਾ ਦੇਖਵਾ ਨਾ ਜਿਹੜੇ ਬੰਦੇ ਬਹੁਤ ਹੀ ਬਿਹਤਰੀਨ ਕਿਰਦਾਰ ਅਦਾ ਕੀਤੇ ਨੇ, ਲੇਕਿਨ ਅੱਜ 2024 ਦੇ ਵਿੱਚ ਇਸ 'ਚ ਐਸੀ ਕੋਈ ਜਨਾਬ ਵਾਲੀ ਫਿਲਮ ਨਹੀਂ ਜਿਹਦੇ ਵਿੱਚ ਨਾ ਆਇਆ ਹੋਵੇ। ਹਰ ਫਿਲਮ ਦੇ ਵਿੱਚ ਆਇਆ, ਲੇਕਿਨ ਅੱਜ ਇਸ ਬੰਦੇ ਦਾ ਪਾਕਿਸਤਾਨ ਦੀ ਬਣਨ ਵਾਲੀ ਨਵੀਆਂ ਫਿਲਮਾਂ 'ਚ ਕੋਈ ਕਿਰਦਾਰ ਅਦਾ ਨਹੀਂ। ਤੁਸੀਂ ਚੌਥਾ ਬੰਦਾ ਦੇਖੋ, ਜਿਹੜੇ ਬੰਦੇ ਪੁਰਾਣੀਆਂ ਫਿਲਮਾਂ ਦੇ ਵਿੱਚ ਸਾਡੇ ਪਾਕਿਸਤਾਨ ਦੇ ਵਿੱਚ ਬਣਨ ਵਾਲੀ ਇੰਡਸਟਰੀ ਦੇ ਵਿੱਚ ਹਰ ਫਿਲਮ ਦੇ ਵਿੱਚ ਆਈ, ਲੇਕਿਨ ਅੱਜ ਮੈਂ ਇਸ ਕਹਿ ਵੀ ਨਾ ਕੀਤਾ ਹੋ ਸੀ। ਲੇਕਿਨ ਅੱਜ ਕੱਲ੍ਹ ਇਹ ਕਿਹਦੇ ਗਏ ਲੋਕ, ਇਹ ਕਿਹਦੇ ਗਾਇਬ ਸੀ ਗਏ, ਇਹਨਾਂ ਕੋ ਇਸ ਟਾਈਮ ਜਨਾਬਿਆਂ ਲਈ ਅਸਾਂ ਕਿੱਥੇ ਵੀ ਕੋਈ ਨਹੀਂ ਦਿੱਤਾ। ਤੁਸੀਂ ਬਹੁਤ ਸਾਰੀ ਚੀਜ਼ਾਂ ਦੇਖਦੇ ਹੋ ਸੋ, ਜਾਂ ਡਰਾਮੇ ਦੇਖਦੇ ਹੋ ਸੋ, ਬਹੁਤ ਸਾਰੀ ਜਾਈਆਂ ਅਤੇ ਪ੍ਰੋਗਰਾਮ ਇਵੈਂਟਸ ਥੀਨੇ ਨੇ, ਇਹ ਜਿਹੜੇ ਅਦਾਕਾਰ ਹੈ ਜਿਹੜੇ ਸਾਰੇ ਪਹਿਲੀਆਂ ਫਿਲਮਾਂ ਬਣਦੀਆਂ ਉਹਨਾਂ ਦੇ ਵਿੱਚ ਇੱਕ ਰੋਲ ਅਦਾ ਕਰਨੇ ਹਨ, ਅੱਜ ਇਹ ਕਿਹਦੇ ਗਏ? ਇਹ ਸਿਰਫ ਔਰ ਸਿਰਫ ਉਸ ਟਾਈਮ ਹਨ ਜਿਸ ਟਾਈਮ ਜਨਾਬ ਛੋਟੇ ਛੋਟੇ ਸੀ ਜਾਂ ਪੁਰਾਣੇ ਫਿਲਮਾਂ ਦੇਖਦੇ ਸੀ, ਯਾਨੀ ਕਿ ਇਤਨਾ ਸ਼ਦੀਦ ਦੌਰ ਨਹੀਂ, ਇਹ ਫਿਲਮਾਂ ਬਣਾ ਕੇ ਬੜਾ ਅੱਛਾ ਰੋਲ ਅਦਾ ਕਰਕੇ ਸਭ ਕੋਲ ਬੜਾ ਸਸਪੈਂਸ ਕਰਨੇ ਹਨ, ਲੇਕਿਨ ਹੁਣ ਇਹ ਬੰਦੇ ਕਿਹਦੇ ਗਾਇਬ ਸੀ ਗਏ? ਦਰਅਸਲ ਇਹ ਬੰਦੇ ਉਸ ਟਾਈਮ ਇੰਡਸਟਰੀ ਦੇ ਕੰਮ ਕਰੇ ਨੇ ਪਏ ਜਿਸ ਟਾਈਮ ਲੋਕਾਂ ਦੇ ਵਿੱਚ ਇਤਨਾ ਸ਼ਹੂਰ ਕੋਲ ਨਹੀਂ। ਹੁਣ ਲੋਕਾਂ ਕੋਲ ਹਰ ਬੰਦੇ ਕੋਲ ਇੰਟਰਨੈਟ, ਹਰ ਬੰਦੇ ਕੋਲ ਵਾਈਫਾਈ, ਹਰ ਬੰਦੇ ਕੋਲ ਇੱਕ ਜਦੀਦ ਸਿਸਟਮ ਹੈ, ਲੇਕਿਨ ਹੁਣ ਉਸੇ ਬੰਦੇ ਦੀ ਡਾਲ ਗਲਦੀ ਪਈ ਹੈ ਜਿਹੜਾ ਬੰਦਾ ਖੁਦ ਹੁਸ਼ਿਆਰ ਹੈ ਵਿਦ
ਯਾਨੀ ਕਿ ਵਾਈਫ ਕੋ ਆਪਣੇ ਬਾਲਾਂ ਕੋ ਇੰਟਰਨੈਟ ਦੇ ਬਾਰੇ ਔਰ ਇੰਟਰਨੈਟ 'ਤੇ ਜਿਹੜੇ ਜਦੀਦ ਸਿਸਟਮ ਬਣਦੇ ਬਣ ਉਹਨਾਂ ਦੇ ਬਾਰੇ ਇਨਵੋਲਵ ਕਰਨਾ ਉਹਨਾਂ ਕੋ ਪਤਾ ਹੈ। ਯਾਨੀ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਲੋਕ ਸਾਦੇ ਹਨ ਔਰ ਸਾਦੀ ਫਿਲਮਾਂ ਉਹ ਲੋਕ ਹਿੱਟ ਹਨ। ਇਹ ਲੋਕ 2024 ਤੱਕ ਕਿਉਂ ਨਹੀਂ ਕਾਮਯਾਬ ਤੇ ਦਰਅਸਲ ਇਹਨਾਂ ਲੋਕਾਂ ਕਿਰਦਾਰ ਅਦਾ ਕਰਕੇ ਸਾਰੇ ਕੰਮ ਛੋੜ ਦਿੱਤੇ ਹਨ ਔਰ ਜਨਾਬ ਅਲੀ ਸਿਰਫ ਔਰ ਸਿਰਫ ਕਿਰਦਾਰ ਅਦਾ ਕਰਨ ਤੋਂ ਬਾਅਦ ਆਪਣੇ ਕਹਿ ਕੰਮ ਧੰਦੇ 'ਤੇ ਲੱਗ ਗਏ ਹਨ। ਬਾਕੀ ਮੈਂ ਤਾਂ ਕੋਈ ਰੋਲ ਲਿਖਾਉਣ ਦਾ ਮਕਸਦ ਇਹ ਕਿ ਇਹਨਾਂ ਲੋਕਾਂ ਕੋ ਪਤਾ ਨਹੀਂ ਅਸਾਂ ਭੁੱਲ ਗਏ ਹਾਂ ਜਾਂ ਇਹ ਲੋਕ ਸਾਥੋਂ ਕਿਤੇ ਗਾਇਬ ਤੀ ਗਏ। ਦਰਅਸਲ ਫਿਲਮਾਂ ਬਣਾਉਣ ਤੋਂ ਬਾਅਦ ਇਹ ਲੋਕ ਆਪਣੇ ਹੀ ਕਹਿ ਕੰਮ ਦੇ ਵਿੱਚ ਖੁੱਬ ਵੇਨੇ ਹਨ ਜਾਂ ਆਪਣੇ ਹੀ ਕਹਿ ਕੰਮ ਦੇ ਵਿੱਚ ਲਾਭ ਵੇਨੇ ਹਨ। ਮਕਸਦ ਇਹ ਕੋਈ ਅਗਰ ਫਿਲਮ ਹਿੱਟ ਥੀ ਗਈ ਉਸਦਾ ਮੁਆਵਜ਼ਾ ਗਿਣ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕੀਤਾ। ਸਾਰੇ ਬਹੁਤ ਸਾਰੇ ਐਸੇ ਅਦਾਕਾਰ ਹਨ ਜਿਹੜੇ ਜਨਾਬ ਪੁਰਾਣੇ ਫਿਲਮਾਂ ਦੇ ਵਿੱਚ ਹਿੱਟ ਹਨ, ਬੜੇ ਅੱਛੇ ਕਿਰਦਾਰ ਅਦਾ ਕੀਤੇ ਨੇ, ਲੇਕਿਨ ਹੁਣ ਇਸ ਵਿੱਚ ਦੁਗੈਬ ਬਿਨ ਕਿਉਂਕਿ ਕੋਈ ਨਾ ਕੋਈ ਕਾਰੋਬਾਰ ਪੈ ਕਰਨੇ ਹਨ। ਬਹੁਤ ਸਾਰੇ ਐਸੀ ਅਦਾਕਾਰ ਆਏ ਨੇ ਜਿਹੜੇ ਜਨਾਬ ਪੁਰਾਣੇ ਵਕਤ ਅੱਛੇ ਰੋਲ ਅਦਾ ਕੀਤੇ ਨੇ, ਲੇਕਿਨ ਹੁਣ ਉਹ ਗਾਇਬ ਠੀਕ ਹੈ। ਜੀ ਹਾਂ, ਸਾਰੀਆਂ ਗੱਲਾਂ ਦਾ ਮਕਸਦ ਇਹ ਕਿ ਜਿਹੜੇ ਲੋਕ ਪੁਰਾਣੇ ਵਕਤਾਂ ਦੇ ਜੇ ਕੰਮ ਅੱਛਾ ਕਰਨੇ ਹਨ ਹੁਣ ਇਸ ਵਿੱਚ ਦੁਗੈਬ ਹਨ, ਕਿਉਂਕਿ ਉਹ ਜਨਾਬ ਇੰਡਸਟਰੀ ਦੇ ਵਿੱਚ ਡਾਇਰੈਕਟਰ ਉਹਨਾਂ ਕੋ ਚਾਨਸ ਵੀ ਨਹੀਂ ਦੇਣੇ ਪਏ। ਚਲੋ ਬਰਲ ਮਿਲਦੇ ਹਾਂ ਨੈਕਸਟ ਵੀਡੀਓ 'ਚ। ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਅੱਲਾ ਹਾਫਿਜ਼ ਨਾ।